ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਪੁਲਿਸ ਦੀ ਗ੍ਰਿਫਤ 'ਚ ਬੈਠੇ ਇਹ ਤਿੰਨ ਨੌਜਵਾਨ ਨਸ਼ਾ ਵੇਚਣ ਅਤੇ ਕਰਨ ਦੇ ਆਦੀ ਹਨ। ਸਮਰਾਲਾ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਆਰੋਪੀਆਂ ਕੋਲੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਨਾਕਾ ਲੱਗਿਆ ਵੇਖ ਕੇ ਆਰੋਪੀ ਫਰਾਰ ਹੋਣ ਦੀ ਫਿਰਕ ਵਿੱਚ ਸਨ, ਪਰ ਅਚਾਨਕ ਕਾਰ ਬੰਦ ਹੋਣ ਕਰਕੇ ਇਹ ਪੁਲਿਸ ਦੇ ਅੜਿੱਕੇ ਚੜ ਗਏ। ਆਰੋਪੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਨਸ਼ਾ ਤਸਕਰਾਂ ਦੇ ਹੋਰ ਮਾਮਲਿਆਂ ਤੋਂ ਪਰਦਾ ਉੱਠ ਸਕੇ। ਖੰਨੇ ਵਾਲੀ ਸਾਈਡ ਤੋਂ ਆ ਰਹੀ ਸੀ, ਜਿਸ ਨੂੰ ਕਿ ਨਾਕੇ ਵਾਲੇ ਰੋਕਣ ਦਾ ਇਸ਼ਾਰਾ ਕੀਤਾ। ਉਹ ਪੁਲਿਸ ਪਾਰਟੀ ਨੂੰ ਦੇਖ ਕੇ ਗੱਡੀ ਵਾਲਿਆਂ ਨੇ ਇੱਕੋ ਦਮ ਗੱਡੀ ਰੋਕ ਕੇ ਵਾਪਸ ਭਜਾਉਣ ਦੀ ਕੋਸ਼ਿਸ਼ ਕੀਤੀ, ਜੋ ਗੱਡੀ ਬੰਦ ਹੋ ਗਈ। ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਉਹਨਾਂ ਨੂੰ ਇਹ ਨੌਜਵਾਨ ਲੁਧਿਆਣਾ ਕ੍ਰੋਸ ਕਰਨਾ ਚਾਹੁੰਦੇ ਸੀ। ਤਿੰਨਾਂ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਉੱਤੇ ਪਹਿਲਾਂ ਵੀ ਮੁਕੱਦਮੇ ਚੱਲ ਰਹੇ ਹਨ। ਇਹ ਨੌਜਵਾਨ ਜੋ ਦਿੱਲੀ ਤੋਂ ਹੈਰੋਇਨ ਲੈ ਕੇ ਆ ਰਹੇ ਸੀ, ਇਹਨਾਂ ਨੇ ਲੁਧਿਆਣਾ ਕ੍ਰੋਸ ਕਰਨਾ ਸੀ, ਜੋ ਕਿ ਇਹ ਖੰਨੇ ਤੋਂ ਨਾਕੇ ਤੋਂ ਬਚਦੇ ਬਚਾਉਂਦੇ ਇੱਧਰ ਨੂੰ ਸਮਰਾਲੇ ਨੂੰ ਟਰਨ ਹੋ ਗਏ ਸੀ। ਹਾਂਜੀ, ਇਹ ਨੌਜਵਾਨਾਂ 'ਤੇ ਇਹਨਾਂ ਦੇ 'ਚ ਇੱਕ ਨੌਜਵਾਨ 'ਤੇ ਪਹਿਲਾਂ ਵੀ 4 ਮੁਕੱਦਮੇ ਦਰਜ ਹੈ, ਜਿਹਦੇ ਵਿੱਚੋਂ 2 NDPS ਦੇ ਮੁਕੱਦਮੇ ਦਰਜ ਹੈ, 1 ਨੌਜਵਾਨ 'ਤੇ 1 ਮੁਕੱਦਮਾ ਦਰਜ ਹੈ ਪਹਿਲਾਂ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।